ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਰੀਅਲ ਲਾਈਫ ਜੈਡ ਜੈਡ ਵਿੱਚ ਤੇ ਅੱਜ ਅਸੀਂ ਤੁਹਾਡੇ ਲਈ ਨਵੀਂ ਵੀਡੀਓ ਲੈ ਕੇ ਆਏ ਹਾਂ ਇੱਕ ਫਨੀ ਵੀਡੀਓ ਹੈਗੀ ਆ ਜਿਸ ਦਾ ਟਾਈਟਲ ਹੈ ਜੀ ਫਨੀ ਵੀਡੀਓ ਬਾਈ ਅਸ਼ੋਕ ਪਾਠਕ ਜੀ ਅਸ਼ੋਕ ਪਾਠਕ ਜੀ ਦੀ ਵੀਡੀਓ ਆ ਬਹੁਤ ਵਧੀਆ ਕੈਰੇਕਟਰ ਨੇ ਆਪਣੇ ਪੰਜਾਬੀ ਦੇ ਉਹ ਪੰਜਾਬੀ ਦੇ ਵਿੱਚ ਉਹਨਾਂ ਦੀ ਸੌਰੀ ਹਿੰਦੀ ਬੋਲਦੇ ਉਹ ਹਿੰਦੀ ਨੇ ਪਰ ਉਹਨਾਂ ਦਾ ਜਿਹੜਾ ਕਰੈਕਟਰ ਵਾ ਫਿਲਮਾਂ ਦੇ ਫਿਲਮਾਂ ਜਿਹੜੀਆਂ ਪੰਜਾਬੀ ਦੇ ਵਿੱਚ ਵਾ ਬਹੁਤ ਵਧੀਆ ਕਰੈਕਟਰ ਭੱਲਾ ਜੀ ਦੇ ਨਾਲ ਉਹਨਾਂ ਨੇ ਜਸਵਿੰਦਰ ਭੱਲਾ ਜੀ ਦੇ ਨਾਲ ਫਿਲਮ ਦੇ ਵਿੱਚ ਰੋਲ ਕੀਤਾ ਹੋਇਆ ਆ ਬਹੁਤ ਵਧੀਆ ਕਮੇਡੀ ਸੀਨ ਹੈਗੇ ਉਹਨਾਂ ਦੇ ਬਹੁਤ ਵਧੀਆ ਕਮੇਡੀ ਕਰਦੇ ਐਕਟਿੰਗ ਕਰਦੇ ਬਹੁਤ ਵਧੀਆ ਕਾਫੀ ਫਿਲਮਾਂ ਦੇ ਵਿੱਚ ਪਰ ਆਹ ਫਿਲਮ ਦੇਖਦੇ ਹਾਂ ਚਲੋ ਆਪਾਂ ਕਿੱਦਾਂ ਦੀ ਆ ਮਤਲਬ ਕਿ ਸੀਨ ਹੀ ਆ ਸ਼ਾਇਦ ਥੋੜ੍ਹੇ ਥੋੜ੍ਹੇ ਉਹਨਾਂ ਕੱਟ ਕੇ ਲਾਏ ਹੋਣਗੇ ਚਲੋ ਫਿਰ ਆਓ ਸਟਾਰਟ ਕਰਦੇ ਹਾਂ ਜੀ ਮਰ ਗਿਆ ਚੰਦ ਬਰਾੜ ਲੱਤ ਹੋਵੇ ਜਾਂ ਬਾਹ ਦਿੰਦਾ ਇੱਕੋ ਝਟਕੇ ਚਾੜ ਬੋਲੋ ਅਰੇ ਤੁਮੇ ਨਹੀਂ ਬੋਲਣਾ ਹੈ ਇਹ ਹਮਾਰੇ ਉਸਤਾਦ ਜੀ ਕਾ ਤਕੀਆ ਕਲਾਮ ਹੈ ਬੋਲੋ ਤਾਰਾ ਰਾਣਾ ਘਰੇ ਜਾ ਕੇ ਸੇਕਾ ਜ਼ਰੂਰ ਦੇ ਲਈ ਹਾਂ ਅਸਲੀ ਕੰਮ ਤਾਂ ਸੇਕੇ ਕੋਈ ਕਰਨਾ ਹੈ ਬਾਕੀ ਤਾਂ ਹਮਾਰੇ ਉਸਤਾਦ ਜੀ ਕੇ ਪਾਸ ਖਾਲੀ ਤਾਰਾ ਤੈਨੂੰ ਫਿਰ ਅਜੇ ਇਹ ਪਤਾ ਨਹੀਂ ਕਿ ਉਸਤਾਦ ਜੀ ਕੋਲ ਹੋਰ ਕਿਹੜੀ ਕਿਹੜੀ ਸ਼ੈ ਹੈ ਬਹੁਤੀ ਬਕਵਾਸ ਨਾ ਕਰਿਆ ਕਰ ਬਰਾੜ ਸਾਹਿਬ ਮੇਰੇ ਮੁੰਡੇ ਦੀ ਬਾਹ ਉਤਰ ਕੇ ਚੜਾ ਦੋਗੇ ਕੇਲੇ ਪਰ ਚੜਦੇ ਨਿੰਮ ਤੇ ਕਰੇਲੇ ਛੱਡਦੇ ਮਰ ਗਿਆ ਓਏ ਦੇਖਿਆ ਫਿਰ ਇੱਕੋ ਝੱਕੇ ਨੇ ਪਾਤਾ ਨਾ ਆਪਣੇ ਬਾਬਾ ਦੀ ਬਾਤ ਖੱਬੀ ਸੀ ਮੇਰੀ ਜੇ ਖੱਬੀ ਬਾਤ ਸੀ ਮੈਂ ਸੱਜਾ ਤੇ ਮੂਰੇ ਕੱਢਿਆ ਹੱਥ ਮਲਾਉਣ ਖਾਤਰ ਕੀਤਾ ਸੀ ਨਾ ਹੱਥ ਮਲਾਉਣ ਮੈਂ ਤੇਰਾ ਯਾਰ ਉਹ ਤਾਰਾ ਚੰਦ ਬਰਾੜ ਕੋਲ ਤਾਂ ਲੋਕ ਦੂਰੋਂ ਦੂਰੋਂ ਹੱਥ ਪੈਰ ਮਲਵਾਉਣ ਆਉਂਦੇ ਆ ਨਾ ਕਿ ਮਲਾਉਣ ਘਰ ਜੋ ਗਲਤੀ ਹੋਣੀ ਸੀ ਹੋ ਗਈ ਚਿੰਤਾ ਨਾ ਕਰ ਤੇਰੀਆਂ ਦੋਏ ਬਾਹਾਂ ਇਕੱਠੀਆਂ ਚਾੜਾਂਗੇ ਨਾਲੇ ਮੋਢਿਆਂ ਚੋਂ ਨੀ ਕੀ ਦਾ ਫਰਕ ਨਹੀਂ ਰਹੂਗਾ ਪੂਰੇ ਗੁਣੀਏ ਚ ਹੋਣਗੇ ਓਏ ਹੁਣ ਆ ਕਿਹੜਾ ਆ ਗਿਆ ਤਾਰਾ ਚੰਦ ਜੀ ਜਲਦੀ ਚਲੋ ਉੱਥੇ ਲਾਵਾਂ ਲੇਟ ਹੋ ਰਹੀਆਂ ਪਰ ਮੈਂ ਤਾਂ ਕਦੇ ਲਾਵਾਂ ਪੜਾਈਆਂ ਹੀ ਨਹੀਂ ਉਹ ਤੁਸੀਂ ਸਮਝੇ ਨਹੀਂ ਉੱਥੇ ਲਾੜੇ ਤੋਂ ਹਿੱਲਿਆ ਨਹੀਂ ਜਾ ਰਿਹਾ ਉਹਦੇ ਚੁੱਕ ਪੈ ਗਈ ਕੀ ਹੋ ਗਿਆ ਪੰਜਾਬ ਦੀ ਜਵਾਨੀ ਜਿਹੜੀਆਂ ਚੀਜ਼ਾਂ ਵਿਆਹ ਤੋਂ ਬਾਅਦ ਪੈਂਦੀਆਂ ਨੇ ਪਤੰਦਰ ਪਹਿਲਾਂ ਹੀ ਪਾਈ ਫਿਰਦੇ ਉਹ ਜੇ ਲੜ ਕੇ ਚੁੱਕ ਪੈ ਗਈ ਉਹਨੂੰ ਇੱਥੇ ਚੁੱਕ ਕੇ ਲਿਆਉਣਾ ਸੀ ਉਲਟਾ ਮੈਨੂੰ ਚੁੱਕਣ ਆ ਗਏ ਚੇਲੇ ਕੀ ਉਸਤਾਦ ਚੱਕ ਲੈ ਫਿਰ ਤੇਲ ਵਾਲੇ ਚੱਲ ਚੱਕ ਪਿੱਛੇ ਆਟੋ ਸਾਲੇ ਲੋਕਲ ਮਰੀਜ਼ ਆ ਮੇਰੀਆਂ ਬਾਹਾਂ ਤਾਂ ਚੜ ਜੋ ਜੀ ਤੈਨੂੰ ਆਪਣੀਆਂ ਬਾਹਾਂ ਦੀ ਪਈਆ ਉੱਥੇ ਲਾਣਾ ਕੋਡਾ ਹੋਇਆ ਹੋ ਗਏ ਉਹਨਾਂ ਜਰੂਰ ਛੱਡ ਗਿਆ ਸੀ ਬਾਹਾਂ ਦੀ ਪਈਆ ਤੇ ਲਾਣਾ ਕੋਡਾ ਹੋਇਆ ਜਿਹੜੇ ਬੜੇ ਬੜੇ ਐਮਬੀਬੀਐਸ ਡਾਕਟਰ ਵੀ ਨਹੀਂ ਕੱਢ ਸਕਦੇ ਕਿਉਂਕਿ ਉਹ ਬੰਦਾ ਕੱਢ ਸਕਦਾ ਜਿਹਨੂੰ ਰੱਬ ਦੀ ਬਖਸ਼ ਹੋਵੇ ਜਾਂ ਪਿੱਟ ਤੇ ਲੱਤ ਮਾਰ ਕੇ ਉਹ ਕੱਢ ਸਕਦਾ ਜਿਹੜਾ ਪੁੱਠਾ ਜੰਮਿਆ ਹੋਵੇ ਬੋਲੋ ਹਾਂਜੀ ਕਦੀ ਆਪਨੇ ਬਤਾਇਆ ਨਹੀਂ ਕਿ ਆਪ ਪੁੱਠੇ ਜੰਮੇ ਹੋ ਪੁੱਠਾ ਨਹੀਂ ਜੰਮਿਆ ਸੀ ਮੇਰੇ ਤੇ ਰੱਬ ਦੀ ਬਖਸ਼ਾ ਕਾਹਦੀ ਬਖਸ਼ਾ ਤੇਰੇ ਤੇ ਇੱਕ ਬਿਮਾਰੀ ਲਾਤੀ ਤੇ ਦੂਜੀ ਲਾਤੀ ਮੁੰਡੇ ਧੌਣ ਤਾਂ ਉੱਪਰ ਹੀ ਰਹਿ ਗਈ ਉਹ ਇੰਨੀ ਕਿ ਧੌਣ ਤਾਂ ਪਹਿਲੀ ਰਾਤ ਨੂੰ ਜਨਾਨੀ ਮੂਰੇ ਵੈਸੇ ਉੱਤੇ ਥੱਲੇ ਹੋ ਜਾਂਦੀ ਆ ਤੁਸੀਂ ਫੇਰੇ ਕਰਾਉਣ ਦੀ ਕਰੋ ਕੇਲੇ ਹਾਂ ਉਸਤਾਦ ਇਹਨੂੰ ਕਹਿੰਦੇ ਆ ਮੈਰਿਜ ਪੈਲੇਸ ਜਿੱਥੇ ਹੁੰਦੇ ਨੇ ਅੱਜ ਕੱਲ੍ਹ ਦਿਲਾਂ ਦੇ ਮੇਲੇ ਭਾਈ ਜਿਹਨੇ ਵੀ ਮੈਰਿਜ ਪੈਲੇਸ ਦੀ ਕਾਢ ਕੱਢੀ ਆ ਧਰਮ ਨਾਲ ਕਮਾਲ ਦੀ ਕੱਢੀ ਆ ਨਾ ਟੈਂਟ ਚੋਣ ਦਾ ਡਰ ਨਾ ਭਾਂਡੇ ਖੋਣ ਦਾ ਡਰ ਅੱਜ ਕੱਲ੍ਹ ਦੇ ਵਿਆਹ ਜ਼ਿਆਦਾ ਪੈਲੇਸ ਵਗੈਰਾ ਚ ਕੋਲਡ ਡਰਿੰਕ ਕਿੰਨੇ ਕਾ ਹੈ ਫ੍ਰੀ ਹੈ ਸਰ उस्ताद जी खाने से पहले हाथ धोना चाहिए यह ना पानी मतलब वो मांगने वालों में से नहीं है उस्ताद जी छीनने वालों में से है उस्ताद जी वेले बराड़ आ गए वेले बराड़ बापू जी मैं आ गया आए नु तो तेनु 25 साल हो गए लाइन ते कदों आना ओ क्यों नहीं मेरे को तू आ गुण थे के अपना खानदानी काम संभालता खानदानी काम नु तो बड़ा हीरियां दा व्यापार करदे हो तुसी ਲੋਕਾਂ ਦੇ ਹੱਡ ਗੋਡੇ ਚਾੜਦੇ ਚਾੜਦੇ ਇੱਕ ਦਿਨ ਆਪ ਗੱਡੀ ਚੜ ਜਾਣਾ ਕੀ ਫਾਇਦਾ ਹੋਇਆ ਦੁਨੀਆ ਤੇ ਆਇਆ ਦਾ ਇਹ ਸ਼ੌਂਕ ਹੀ ਨਹੀਂ ਪੂਰੇ ਕਰਨੇ ਨਾ ਸ਼ੌਂਕ ਪੂਰੇ ਕਰਨ ਨੂੰ ਤੂੰ ਨਵਾਬ ਦਾ ਪੁੱਤ ਨਵਾਬ ਦਾ ਪੁੱਤ ਨਹੀਂ ਮੈਂ ਆਪ ਨਵਾਬ ਅੱਛਾ
ਸੱਦ ਕੇ ਜਾਵਾਂ। ਬੂਥੀ ਤਾਂ ਨਵਾਬ ਸਾਹਿਬ ਦੀ ਸੀਕ ਕਬਾ ਵਰਗੀ ਆ। ਓਏ ਵੱਡੀਆਂ ਵੱਡੀਆਂ ਛੱਡਣ ਨਾਲੋਂ ਕੋਈ ਛੋਟਾ ਮੋਟਾ ਕੰਮ ਕਰ ਲਾ, ਜੂਨ ਸੌਖੀ ਹੋ ਜੂ। ਜੂਨ ਤਾਂ ਜੱਟ ਦੀ ਸੌਖੀ ਲਿਖੀ ਹੋਈ ਨਹੀਂ ਰੱਬ ਨੇ ਬਾਪੂ ਜੀ। ਦਿਲ ਤੇ ਹੱਥ ਰੱਖ ਕੇ ਦੱਸੋ, ਤੁਸੀਂ ਸਾਰੀ ਉਮਰ ਕੰਮ ਕੀਤਾ, ਹੋ ਗਏ ਸੌਖੇ? ਬਾਪੂ ਜੀ ਜਿਉਣਾ ਸਿੱਖੋ ਜਿਉਣਾ। ਮੈਂ ਤਾਂ ਕਹਿੰਦਾ ਦੁਬਾਰਾ ਵਿਆਹ ਕਰਾ ਲਓ, ਤੁਸੀਂ ਅਜੇ ਵੀ ਜਵਾਨ ਹੋ। ਇੱਕ ਤਾਂ ਜਵਾਨ ਵਾਲੀ ਗੱਲ ਕਰਕੇ ਪਿਓ ਦਾ ਸਾਰਾ ਗੁੱਸਾ ਤਾਰ ਜਾਂਦਾ, ਮੈਂ ਘਰ ਚ ਨੂੰਹ ਲਿਆਉਣ ਨੂੰ ਫਿਰਦਾ, ਇਹ ਮੈਨੂੰ ਮਾਂ ਦਾ ਲਾਲਚ ਦੇਈ ਜਾਂਦਾ। ਇਹਦਾ ਮਤਲਬ ਫਿਰ ਦੋ ਇਕੱਠੀਆਂ ਲੱਭਣੀਆਂ ਪੈਣੀਆਂ। ਉਸਤਾਦ ਜੀ ਅਗਰ ਕਰਨਾ ਹੀ ਹੈ ਤੋ ਫਿਰ ਅਬ ਘਰ ਮੈਂ ਦੋ ਦੋ ਔਰਤੋਂ ਕੇ ਬੀਚ ਮੈਂ ਮੈਂ ਸੁੰਦਰ ਸਾ ਛੜਾ ਘੁੰਮਦੇ ਹੋਏ ਅੱਛਾ ਥੋੜੇ ਹੀ ਲੱਗੂਗਾ, ਬਤਾਈਏ। ਮੈਂ ਕਹਿੰਦਾ ਪੰਜਾਬ ਚ ਤਿੰਨ ਇਕੱਠੀਆਂ ਲੱਭਣੀਆਂ ਹੀ, ਆਪਾਂ ਯੂਪੀ ਜਾ ਕੇ ਨਾ ਤਾਰਾ ਤਾਰਾ ਕਰੀਏ। ਠੀਕ ਹੋਇਆ, ਠੀਕ ਕਰ ਦਿਆਂਗੇ ਤੁਹਾਨੂੰ। ਸਵਾਹ ਠੀਕ ਕਰਨਾ ਮੈਨੂੰ ਮੈਨੂੰ ਆਪਣੀ ਢਾਂਚਾ ਠੀਕ ਨੀ ਲੱਗਦਾ। ਹੱਥ ਪੈਰ ਚੱਲ ਨਹੀਂ ਰਹੇ ਲੇਕਿਨ ਜ਼ੁਬਾਨ ਬਹੁਤ ਚੱਲ ਰਹੀ ਹੈ। ਮੇਰੀ ਬੇਬੇ ਵੀ ਇਹੀ ਕਹਿੰਦੀ ਹੈ ਜੀ, ਮੇਰੇ ਬਾਪੂ ਨੂੰ ਮਜ਼ਾਕ ਕਰਨ ਦੀ ਆਦਤ ਹੈ। ਮਜ਼ਾਕ ਕਰਾਂਗੇ ਨਾ ਤੋ ਇਹ ਚੀਖਾ ਮਾਰੇਗੇ। ਲਟਾਈਏ ਇਨਕੋ, ਚਲੀ ਉਠੀਏ 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 ਚਲੀਏ ਠੀਕ ਕਰਦੇ ਹਾਂ। ਹਾਂ ਲਟਾਈਏ ਚੁੱਕੇ ਪਾ ਸੀਨਾ ਕੀ ਮਾਰਦਾ ਕੀ ਕੋ ਲਗੀ ਜੇ ਸੀਰਤ ਦਾ ਮਾਰਦਾ। ਉਸਤਾਦ ਜੀ ਕੀ ਬੋਲਤੇ ਹੈ ਬੋਲੋ ਤਾਰਾ ਰਾ ਉਸਤਾਦ ਸ਼ਰੇ ਬਾਈ ਜੀ ਤੇ ਪਾਸੇ ਹਟਿਆ ਨਾ। ਆ ਗਏ ਡਾਕਟਰ ਸਾਹਿਬ, ਉਸਤਾਦ ਜੀ ਆ ਗਏ, ਅਭੀ ਬਸ ਠੀਕ ਕਰ ਲਿਓ। ਤਾਰਾ ਚੰਦ ਪਰਾੜ ਮੇਰੇ ਬਾਪੂ ਨੂੰ ਮਜ਼ਾਕ ਕਰਨ ਦੀ ਆਦਤ ਹੈ। ਮਜ਼ਾਕ ਕਰਨ ਨੂੰ ਮੈਂ ਸਾਲੀ ਆ, ਕੇਸ ਕੀ ਆ? ਗੋਡਾ ਟੁੱਟ ਗਿਆ ਬਾਬਾ, ਇਸ ਉਮਰੇ ਤਾਂ ਮੈਂ ਬਜ਼ੁਰਗਾਂ ਦੇ ਹੱਡ ਗੋਡੇ ਜੁੜਦੇ ਸੁਣੇ, ਤੂੰ ਕੀ ਆ ਬਾਂਦਰ ਕੀਲਾ ਜਿਹਾ ਖੇਡ ਕੇ ਚੱਪਣੀ ਤੜਾ। ਸਿੱਧਾ ਕਰੋ ਬਾਬੇ ਨੂੰ। ਬਾਪੂ ਜੀ ਚੱਲੇ ਦਿਲ ਛੱਡ ਗਿਆ ਤਾਂ ਕੋਈ ਗੱਲ ਨੀ, ਕਿਤੇ ਸਰੀਰ ਨਾ ਛੱਡ ਗਿਆ ਹੋਵੇ, ਹੋਰ ਕਿਤੇ ਲੈਣੇ ਦੇ ਦੇਣੇ ਪੈ ਜਾਣ। ਬਾਬਾ 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 ਜੀ ਬਾਬਾ ਮੈਂ ਵੀ ਠੀਕ ਹੈ ਤੇ ਮੇਰਾ ਗੋਡਾ ਵੀ ਠੀਕ ਹੈ। ਉਹ ਮੈਂ ਤਾਂ ਮਜ਼ਾਕ ਕਰਦਾ ਸੀ, ਜੇ ਮਜ਼ਾਕ ਥੋੜਾ ਜਿਹਾ ਹੋਰ ਲੰਮਾ ਹੋ ਜਾਂਦਾ ਉਹਨੂੰ ਤਾਂ ਕਾਕੇ ਨੇ ਲੱਕੜਾਂ ਚੰਤੀਆਂ ਸੀ। ਉਹ ਕਈ ਵਾਰੀ ਮਜ਼ਾਕ ਮਹਿੰਗਾ ਪੈਂਦਾ। ਉਹ ਤਾਈਓ ਤਾਂ ਮੈਂ ਬੀਮਾ ਕਰਾ ਰੱਖਿਆ, ਕੀ ਆ ਇਹ ਮਹਿੰਗਾ ਮਜ਼ਾਕ, ਆ ਜਵਾਕਾਂ ਦੇ ਕੰਮ ਆਜੂ। ਇਸੇ ਕਰਕੇ ਮੈਂ ਗੱਡੀ ਦੇ ਸੈਂਟਰ ਚ ਖਲੋ ਕੇ ਆਉਣੀ ਆ ਕਿ ਗੱਡੀ ਦਾ ਬੈਲੈਂਸ ਬਣਿਆ ਰਹੇ। ਭੈਣੇ ਤੂੰ ਬੱਸ ਕਿਉਂ ਨੀ ਆਉਂਦੀ ਹੁੰਦੀ, ਨਾਲੇ ਘਰ ਦੇ ਮੂਹਰੇ ਤਾਰਦੀ ਆ। ਕੀ ਦੱਸਾਂ ਤਾਰਿਆ, ਜਦੋਂ ਮੈਂ ਬੱਸ ਚ ਬਹਿ ਜਾਂਦੀ ਆ ਮਰ ਜਾਣੇ ਬੱਸ ਦਾ ਕੰਡਾ ਕਰਾਉਣ ਤੁਰ ਪੈਂਦੇ ਆ। ਅਗਲੇ ਵੀ ਸੱਚੇ ਆ, ਬੱਸ ਦਾ ਕੁੰਡਾ ਕਰਾਉਣ ਨਾਲ ਤਾਂ ਚੰਗਾ ਬੱਸ ਦਾ ਕੰਡਾ ਕਰਾ ਲਿਆ ਕਰਨ। ਤਾਰਿਆ ਦੇਖ ਲੈ ਤੇਰੀ ਗੰਦੀ ਔਲਾਦ ਆਪਣੀ ਭੋਲੀ ਭੋਲੀ ਭੂਆ ਨੂੰ ਕਿੱਦਾਂ ਟਿੱਚਰਾਂ ਕਰਦੀ ਆ। ਭੋਲੀ ਤੇ ਭੂਆ, ਫੁੱਫੜ ਮੇਰਾ ਰੋਜ਼ ਡਰਦਾ ਸਰਪੰਚਾਂ ਤੇ ਜਾ ਕੇ ਸੌਂਦਾ ਵੀ ਮੇਰੀ ਜਾਨ ਨੂੰ ਖਤਰਾ, ਤੇ ਇਹਨੂੰ ਤੁਸੀਂ ਭੋਲੀ ਦੱਸ ਦਿਓ। ਤੂੰ ਮੇਰੇ ਕੋਲੋਂ ਛਿੱਤਰਾਂ ਨਾਲ ਇਹੀ ਜੀ ਤਾਰਾ ਰਾਰਾ ਕਰਾਉਣੀ ਆ ਨਾ, ਤੇਰਾ ਪਿੱਛਾ ਸੁੱਜ ਕੇ ਐਡਾ ਲਾਲ ਹੋ ਜੂ, ਲੋਕੀ ਤੁਰੇ ਜਾਂਦੇ ਟਿੱਚਰਾਂ ਕਰਨਗੇ, ਨਿੰਮਾ ਖੜਾ ਕੇ ਬਾਂਦਰ ਖੜਾ। ਤਾਰਿਆ ਤੂੰ ਮੁੰਡਾ ਹੱਥੋਂ ਕੱਢ ਲਿਆ, ਤੂੰ ਦੇਖਦੀ ਜਾ ਹੁਣ ਇਹਨੂੰ ਮੈਂ ਘਰੋਂ ਕਿਵੇਂ ਕੱਢਦਾ। ਜੀ ਚਾਹ ਵੇ ਕਿੱਦਾਂ ਦੀ ਚਾਹ ਆ, ਵੋ ਪੱਤੀ ਨਹੀਂ ਹੈ ਨਾ ਇਸੀ ਲਈ ਇਸਕਾ ਰੰਗ ਐਸਾ ਹੈ। ਤੇ ਮਸਾ ਉਂਗਲ ਡੋਬ ਲੈਂਦਾ ਰੰਗ ਤੇ ਚੜ ਜਾਂਦਾ ਨਾ। ਹਾਂਜੀ ਬੂਆ ਜੀ, ਮੈਂ ਤਾਂ ਦੋ ਵਾਰ ਨਾ ਆਇਆ ਹਾਂ ਇਸੀ ਹਫਤੇ ਮੈਂ। ਹਫਤੇ ਚ ਦੋ ਵਾਰੀ ਗਰਮੀ ਹੈ ਨਾ, ਵੋ ਸਰਦੀ ਹੋ ਤੋ ਫਿਰ ਵੀ ਹਫਤਾ ਦੋ ਹਫਤਾ ਚਲ ਜਾਂਦਾ ਹੈ। ਬਤਾ ਰਿਹਾ ਅੱਟਾ ਕੌਣ ਗੰਦਾ ਘਰ ਚ, ਮੈਂ ਹੀ ਬੁੰਤਾ ਹਾਂ ਬੂਆ ਜੀ। ਆਪਕੋ ਲੱਗ ਰਿਹਾ ਹੈ ਕਿ ਇਹ ਦੋਨੋਂ ਕੋਈ ਕੰਮ ਕਰਤੇ ਹੋਣਗੇ? ਮੇਰੀ ਇੱਕ ਗੱਲ ਸੁਣ ਲੈ ਧਿਆਨ ਨਾਲ, ਜੇ ਅੱਜ ਤੋਂ ਬਾਅਦ ਤੂੰ ਬਿਨਾ ਨਾਤਿਆਂ ਚੌਂਕੇ ਚ ਵੜ ਗਿਆ ਨਾ, ਲੱਤਾਂ ਬੰਦੂ ਤੇਰੀਆਂ, ਚੱਲ ਦਫਾ ਹੋ ਜਾ।
ਬਤਾ ਰਿਹਾ ਨਿੰਮੇ ਦੀ ਹਵਾ ਮੈਨੂੰ ਠੀਕ ਨਹੀਂ ਲੱਗਦੀ ਗੌਰ ਕਰ ਮੁੰਡੇ ਤੇ ਮੈਂ ਗੌਰ ਕਰਨ ਨੂੰ ਇੱਕ ਗੱਲ ਦਾ ਸ਼ੇਰ ਵੀ ਹਰੀ ਕਿਹਾ ਕਿ ਪਿਓ ਤੋਂ ਖਾਂਦਾ ਨਹੀਂ ਗੁਰ ਸਿੱਖ ਲਾ ਰੋਟੀ ਖਾਂਦਾ ਰਹਿ ਜਾਏਗਾ ਉਹ ਕਿਹੜਾ ਗੁਰ ਜਿਹੜੇ ਮਰੀਜ਼ ਦੀ ਹੱਡੀ ਚਾੜ ਦਿਓ ਸ਼ਾਮ ਨੂੰ ਉਸੇ ਮਰੀਜ਼ ਦਾ ਟੱਬਰ ਤੁਹਾਨੂੰ ਗੱਡੀ ਚਾੜਨ ਨੂੰ ਫਿਰਦਾ ਹੁੰਦਾ ਗੱਡੀ ਚਾੜਨ ਨੂੰ ਤਾਂ ਬਥੇਰੇ ਫਿਰਦੇ ਆ ਪਰ ਕੋਈ ਆ ਕੇ ਇੱਥੇ ਵੜ ਕੇ ਤਾਂ ਵੇਖੇ ਮੇਰੀ ਭੈਣ ਨੂੰ ਲੱਤ ਰੱਖ ਕੇ ਨਹੀਂ ਪਾੜ ਦੂ ਵੀਰੇ ਇੰਨਾ ਮਾਣ ਨਾ ਦਿਆ ਕਰ ਮੈਂ ਕਹਿੰਦੀ ਹੁਣ ਭੈਣ ਤੇਰੇ ਵਿਆਹ ਤੇ ਸਮਾਨ ਤਾਂ ਦੇ ਨਹੀਂ ਸਕੇ ਮੈਂ ਕਿਹਾ ਚਲੋ ਮਾਣ ਹੀ ਸਹੀ मेरी सस दे भी पहला पहला दुख दे सी फिर ओनू भी आदत पै गई कहिंदा बंदा मेरी सस भी लत घुट दी हुंदी सी दूध पी लीजिए बुआ जी बिना दूध पिए सो रही थी गौर हो जाएंगी दूध लाया हूँ बुआ जी लीजिए दूध लीजिए जिंदा रहे मेरा पुत्र लीजिए भाभी आप भी लीजिए अच्छा ये ही बनिया वो जेड़े लत्ता घुटन दिया कुड़ी हां तरिया लेडी बनी तरिया अभी कपड़ी नौ दे कपड़े चो कौन निकला छोटी ओ भैन नु परदेसी जी उस्ताद पाल ते खेसी उस्ताद जी पकड़ लिया काले कच्छे वाले को तरिया केड़े मेरे पैसे बेच दिए ना काला कच्छा ये ना जरूर भाभी का तेरे ने चुराने आया अरे तुम तो निम्मा भाई के खास अपने यार थे यार निम्मे ना नहीं सी यार खाना सी यार आओ भैया कटो बाहर में तेरे पास से बना कोई नहीं हैगा अंदर भी मैं ते बाहर भी मैं ही हाँ ओए तू परमात्मा तू जरा अंदर भी ते बाहर भी है दस ते की करना है बोल बोल चे की करना है ऐसे तनु दस दस हमें दस ऐना दस पड़ो ऐना दस पड़ो अरे शहर चला तू हाँ बड़े मैरिज पहले से बदल गई थी कुड़ी तू मधु नू केड़ा चापड़ झोली पा के आया सा हुण तू बाहरों कलेश चक्के लिया के अपने घरे पा ला मेरे मुंडे बारे ना सोची जिनी दुनिया उजड़ गई ਉਹਦਾ ਵੀ ਘਰ ਵਸਾ ਦਿੰਦੀ ਆ ਮੈਂ ਚੱਲ ਮੇਰੇ ਨਾਲ ਮਾਰ ਕੇ ਚਾਰ ਚਪੇੜਾ ਆਪਣੀ ਮਾਣੀ ਨੂੰ ਵਾਪਸ ਲੈ ਕੇ ਆਈਏ ਚੱਲ ਕਿੱਦਾਂ ਲੈਗੀ ਚਪੇੜਾ ਮਾਰ ਕੇ ਵਾਪਸ ਹੁਣ ਤਾਂ ਉਹਦੇ ਘਰੇ ਜਾਣ ਲਈ ਵੀ ਕੋਈ ਸਕੀਮ ਲੜਾਉਣੀ ਪੈਣੀ ਹੈ ਬੰਦ ਕਰੋ
ਕੁੜੀ ਨੂੰ ਚੁੱਪ ਕਰ ਜਾਓ ਤੁਹਾਨੂੰ ਬਸ ਆਈ ਕੁਛ ਆਉਣਾ ਚੱਲ ਜਾ ਇੱਥੋਂ ਅਛਾਣੀ ਗੁੱਸਾ ਕਿਉਂ ਕਰਦੀ ਆ ਨਵੀਂ ਆਈਟਮ ਵੀ ਤਿਆਰ ਕੀਤੀ ਆ ਹੋ ਜਾ ਸ਼ੁਰੂ ਬੰਦ ਕਰੋ ਸਾਲੇ ਪੈ ਪੈਂਦੇ ਨੇ ਹੁਣ ਤਾਂ ਮੇਰਾ ਸਾਲਾ ਪਹਿਲੇ ਵਾਜੇ ਵਜੇ ਆ ਫੜੋ ਬੰਦਾ 100 ਰੁਪਏ ਲੈ ਕੇ ਤਿੱਤਰ ਹੋ ਕੀ ਗੱਲਾਂ ਕਰਦਾ ਸਰਦਾਰਾ ਤੇ 100 ਰੁਪਏ ਐਨੇ ਕਿੱਚ ਬੱਕਰੀ ਸਰੀ ਤੇ ਲੈ ਲੈਨੇ ਨਾਲੇ ਅਸੀਂ ਸੀਰੀਆਂ ਤੋਂ ਨਹੀਂ ਫੜਦੇ ਹੁੰਦੇ ਆ ਮੈਂ ਸੀਰੀ ਨਹੀਂ ਮੈਂ ਮੁੰਡਾ ਆ ਜਿਹਦਾ ਹੋਏਗਾ ਹੋਏਗਾ ਸਰਦਾਰਾ ਚ ਕਿਉਂ ਵੱਜਦਾ ਫਿਰਦੇ ਬੇਬੇ ਮੈਨੂੰ ਟਿੱਚਰਾਂ ਕਰੀ ਜਾਂਦੇ ਆ ਕਰਨਾ ਅਸੀਂ ਕੀ ਟਿੱਚਰ ਕਰਨੀ ਸਰਦਾਰਾ ਤਰਨਾ ਦਾ ਰੱਬ ਨੇ ਟਿੱਚਰ ਕੀਤੀ ਤੁਸੀਂ ਮੇਰੀ ਵਧਾਈ ਲੈਣ ਆਏ ਆ ਚੱਲ ਬੰਦੀ ਤਾਂ ਹੈ ਨਹੀਂ ਸਰਦਾਰਾ ਤੇਰੀ ਵਧਾਈ ਜੇ ਤੂੰ ਬਾਲਾ ਕਹਿਣਾ ਤੇ ਫੜ ਲੈਨੇ ਵੇਲ ਕਾਕਾ ਜੀ ਦੇ 100 ਰੁਪਏ ਦੀ ਵੇਲ ਵੇਲ ਵਧਾਵੀ ਲੇਖੇ ਲਾਵੀ ਓਏ ਕਖਰੀ ਵਾਲਾ ਤੁਹਾਡੇ ਨਾਲ ਹੀ ਹੁੰਦਾ ਓ ਨਹੀਂ ਇਹ ਪਹਿਲਾਂ ਸੈਪਰੇਟ ਮੰਗਦਾ ਹੁੰਦਾ ਸੀ ਉਦੋਂ ਇਹਦੇ ਮਗਰ ਕੁੱਤੇ ਪੈ ਜਾਂਦੇ ਜਦੋਂ ਤਾਂ ਸਾਡੇ ਨਾਲ ਮੰਗਦਾ ਸੀ ਕੁੱਤਿਆਂ ਨੂੰ ਪੈ ਜਾਂਦੇ ਚੰਗਾ ਬੇਬੇ ਬਸ ਚੱਲਦੇ ਉੱਥੇ 2-4 ਦਿਨ ਹੋਰ ਰਹਿੰਦੇ ਵਾਵਾ ਜੀ ਲੱਗਿਆ ਹੋਇਆ ਸੀ ਨਹੀਂ ਬੇਬੇ ਮੈਨੂੰ ਜਾਣਾ ਪੈਣਾ ਤੈਨੂੰ ਸਾਡੇ ਘਰ ਦਾ ਨਹੀਂ ਪਤਾ ਮੇਰਾ ਪਿਓ ਸਿਰੇ ਦਾ ਸ਼ਰਾਬੀ ਸਾਰਾ ਦਿਨ ਸ਼ਰਾਬ ਪੀ ਕੇ ਪਿਆ ਰਹਿੰਦਾ ਉਹਨੂੰ ਘਰਦਿਆਂ ਨਾਲ ਕੋਈ ਲੈਣਾ ਦੇਣਾ ਨਹੀਂ ਉੱਤੋਂ ਉਹਦੀ ਭੈਣ ਮੇਰੀ ਡੈਣ ਹੈ 2 ਦਿਨ ਦਾ ਕਹਿ ਕੇ ਆਈ ਸੀ 2 ਦਿਨ ਦਾ 2 ਸਾਲ ਹੋ ਗਏ ਜਾਣ ਦਾ ਨਾਂ ਨਹੀਂ ਲਈ ਤੁਸੀਂ ਇੱਥੇ ਕਿਵੇਂ ਪੁੱਤੇ ਤੂੰ ਇਹਨਾਂ ਨੂੰ ਜਾਣਦਾ ਬੇਬੇ ਸਾਡੇ ਘਰੇ ਵੀ ਇਹੀ ਆਏ ਸੀ ਅੱਛਾ ਜਦੋਂ ਅਸੀਂ ਆਏ ਸੀ ਤੇਰੀ ਭੂਆ ਉਦੋਂ ਵੀ ਉੱਥੇ ਅਗਲੀ ਦਾ ਪਿਆਰ ਆਪਣੇ ਭਰਾ ਨਾਲ ਜਿੰਨਾ ਚਿਰ ਮਰਜ਼ੀ ਰਵੇ ਤੇ ਜਦੋਂ ਅਸੀਂ ਕਿਹੜੇ ਕਰੇ ਜੁਗਤਾ ਕਰਨਾ ਸੀ ਕਿਹੜੇ ਨਾਲੀ ਦੇ ਵਿੱਚ ਸ਼ਰਾਬੀ ਹੋਇਆ ਪਿਆ ਸੀ ਉਹ ਤੇਰੇ ਪੇ ਸੀ ਉਹਨੂੰ ਇੰਨੀ ਨਹੀਂ ਦੱਪਣੀ ਚਾਹੀਦੀ ਸੀ ਉਹ ਕਿਸੇ ਦੇ ਪਿਓ ਦੀ ਪੀਂਦਾ ਆਪਣੀ ਪੀਂਦਾ ਘਰੇ ਬਹਿ ਕੇ ਪੀਂਦਾ ਜਿੰਨੀ ਮਰਜ਼ੀ ਪੀ ਜਾਵੇ ਉਹ ਨਾਲੇ ਤੁਸੀਂ ਮੱਤਾਂ ਦੇਣਾ ਤੇ ਮਾੜਾ ਮੋਟਾ ਨੱਚ ਟੱਪ ਕੇ ਵੀ ਦਿਖਾਓਗੇ ਨੱਚ ਤੇ ਅਸੀਂ ਲਵਾਂਗੇ ਪੁੱਤਰਾ ਪਰ ਟੱਪਣਾ ਤੇ ਤੈਨੂੰ ਹੀ ਪੈਣਾ ਹੁਣ ਟੱਪ ਜੀ ਬਾਪੂ ਜੀ ਬਦਲ ਗਈ ਆ ਮੈਨੂੰ ਪਤਾ ਤਾਂ ਅਸੀਂ ਆਏ ਹਾਂ ਬਾਪੂ ਜੀ ਬਦਲ ਗਈ ਆ ਬੇਟੇ ਸਾਨੂੰ ਪਤਾ ਸੀ ਤਾਂ ਹੀ ਆਇਆ ਬੋਲੋ ਤਾਰਾ ਰਾ ਰਾ ਡਾਂਗ ਮਾਰੂਗੀ ਸਾਰਿਆਂ ਦੇ ਚੱਕਰਾਂ ਚ ਪੈ ਗਿਆ ਚੱਕਰ ਲਿਓ ਆ ਬੇਬੇ ਕੀ ਡਰਾਮਾ ਇਹਨਾਂ ਦਾ ਮੈਂ ਕਿਹਾ ਸੀ ਨਾ ਇਹਦੇ ਪੈਰ ਮਾਰੀ ਨੇ ਇਹਨੂੰ ਨਾ ਲੈ ਕੇ ਜਾ ਨਾਲ ਤੇਰਾ ਪੈਰ ਤਾਂ ਇਹਦੇ ਨਾਲੋਂ ਵੀ ਭਾਰੀ ਹੈ ਤੇਰੇ ਤਾਂ ਕਹਿੰਦੇ ਸਿਰ ਪੀੜ ਨਹੀਂ ਹੋਈ ਇਹਦੀ ਜੱਟ ਪੀੜ ਕਿਵੇਂ ਹੋ ਰਹੀ ਹੈ ਤੈਨੂੰ ਤੇਰੇ ਜਣੇਪੇ ਦੀਆਂ ਪੀੜ ਹੈ ਤੀ ਜੱਪੜੇ ਕਿਤੇ ਤੀ ਜੱਪੜੇ ਕਿਤੇ ਉਹ ਚੱਕਾ ਹੋਣੇ ਨੂੰ ਆਪਣੀ ਮਾਂ ਨੂੰ ਉਹ ਭਾਈ ਕੁੜੀ ਨੂੰ ਅੰਦਰ ਲੈ ਕੇ ਚੱਲੋ ਅੰਦਰ ਅੰਦਰ ਅੱਲਾ ਚੱਲ ਅੰਦਰ ਲੈ ਕੇ ਚੱਲੋ ਘੱਟੋ ਘੱਟ ਤੇਰੀਆਂ ਖੁੱਲ ਜਾਂਦੀਆਂ ਚਮਕਾ ਬੋਲਦੇ ਚੁੱਪ ਕਰ ਜਾ ਚੱਲ 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 ਆ ਜਾ ਅੰਦਰ ਤੂੰ ਚਿੰਤਾ ਮਤ ਕਰੋ ਮੈਂ ਯਹੀ ਹੂੰ ਕਿੱਦਾਂ ਦਾ ਲੱਗਾ ਤੁਹਾਨੂੰ ਜੀ ਕਰੈਕਟਰ ਫਿਰ ਬਹੁਤ ਵਧੀਆ ਲੱਗਾ ਮੈਨੂੰ ਫੁੱਲ ਜਿੰਨੇ ਵੀ ਹੈਗੇ ਸੀਗੇ ਵਿੱਚ ਕਮੇਡੀ ਐਕਟਰੈਸ ਨਾ ਉਹਨਾਂ ਦੀ ਐਕਟਿੰਗ ਬਹੁਤ ਵਧੀਆ ਸੀਗਾ ਜਿੱਥੋਂ ਇੱਕ ਤੇ ਜਸਵਿੰਦਰ ਭੱਲਾ ਜੀ ਦਾ ਤਕੀਆ ਕਲਾਮ ਤਾਰਾ ਰਾ 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 ਉਹਦੇ ਤੇ ਅਸ਼ੋਕ ਪਾਠਕ ਜੀ ਨੇ ਟਰਾਈ ਕੀਤਾ ਕਿਤਾ ਕਿਨਾ ਹੈਨਾ ਚੇਲੇ ਚਾੜਦੇ ਨਿੰਮ ਤੇ ਕਰੇਲੇ ਬੋਲੋ ਤਾਰਾ ਰਾ ਰਾ ਇਹ ਜਿਆਦਾ ਵਧੀਆ ਸੀ ਜਦੋਂ ਉਹ ਜਸਵਿੰਦਰ ਭੱਲਾ ਘਰੇ ਨਹੀਂ ਹੈਗਾ ਸੀ ਤੇ ਅਸ਼ੋਕ ਪਾਠਕ ਟਰਾਈ ਕਰਨ ਦਿਆ ਸੀ ਉਹਦਾ ਮਤਲਬ ਕਿ ਤਕੀਆ ਕਲਾਮ ਵੀ ਸ਼ਾਇਦ ਤਾਰਾ ਰਾ ਰਾ ਕਹਿਣ ਦੇ ਨਾਲ ਪੇਸ਼ੈਂਟ ਠੀਕ ਹੋ ਜਾਣਾ ਠੀਕ ਹੋ ਜਾਊਗਾ ਤੇ ਉਹ ਦੇਖ ਕੇ ਫੇਰ ਦਮ ਕਿੰਨੀ ਛੇਤੀ ਇੱਕ ਬਾਬੇ ਵਾਲੀ ਜਦੋਂ ਬਾਬਾ ਵਿਚਾਰਾ ਕੀ ਬੇਹੋਸ਼ ਹੋ ਜਾਂਦਾ ਜਾਂ ਵੈਸੇ ਐਕਟਿੰਗ ਕਰਦਾ ਨਾ ਵੀ ਬੇਹੋਸ਼ ਹੋ ਜਾਂਦਾ ਇੱਕ ਜਦੋਂ ਉਹ ਵਧੀਆ ਲੱਗਾ ਸੀਗਾ ਤੇ ਦੱਸਿਓ ਫਿਰ
ਸਾਰੇ ਸੀਨ ਹੀ ਬਹੁਤ ਜ਼ਿਆਦਾ ਵਧੀਆ ਸੀਗੇ, ਮਤਲਬ ਕਿ ਆਪਾਂ ਗਿਣ ਕੇ ਦੱਸ ਨਹੀਂ ਸਕਦੇ ਵੀ ਆਹ ਸੀਨ ਵਧੀਆ ਸੀ, ਆਹ ਸੀਨ ਵਧੀਆ ਸੀ, ਟੋਟਲੀ ਸਾਰੀ ਬਹੁਤ ਜ਼ਿਆਦਾ ਯਾਰ ਆਊਟਸਟੈਂਡਿੰਗ ਜਿਹਾ ਆਪਾਂ ਕਹਿ ਦਿੰਦੇ ਆ, ਬਹੁਤ ਜ਼ਿਆਦਾ ਵਧੀਆ ਸੀਗਾ। ਤੇ ਚਲੋ ਫਿਰ ਜੀ ਇੱਥੇ ਕਰਦੇ ਹਾਂ ਵੀਡੀਓ ਖਤਮ। ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ ਜੀ।